ਹਾਂਜੀ ਚਾਹ ਸਾਹਿਬ ਨੂੰ, ਅਤੇ ਅੱਜ ਅਸੀਂ ਗੱਲ ਕਰਾਂਗੇ ਜਿਹੜੀਆਂ ਪੁੰਤੀਆਂ ਹੁੰਦੀਆਂ ਪਤੰਤੇ ਵਿੱਚ ਕਿ ਕਿਵੇਂ ਵੱਧਦੀਆਂ ਨੇ, ਕਿਤੇ ਜੁੜਦੀਆਂ ਰਹਿੰਦੀਆਂ ਨੇ, ਪਰ ਤੁਹਾਡੀਆਂ ਮਿਆਰ ਪਤੰਤੇ ਜਿਵੇਂ ਕਿ 20 ਤੋਂ 30 ਕਿਵੇਂ ਹੁੰਦੀਆਂ ਨੇ, ਅਤੇ ਔਰ ਹਾਲ ਦੀ ਘੜੀ ਤੁਹਾਡੀਆਂ ਪੁੰਤੀਆਂ ਕਿੰਨੀਆਂ ਹੈ ਨੇ, ਕਿਵੇਂ ਤੁਸੀਂ ਪਤਾ ਲਵਾ ਸਕਦੇ ਹੋ, ਤਿੰਨ ਤਰੀਕੇ ਮੈਂ ਦੱਸਾਂਗਾ ਤੁਹਾਨੂੰ, ਅਤੇ ਉਹਦੇ ਵਿੱਚੋਂ ਇੱਕ ਹੋਵੇਗਾ ਜਿਵੇਂ ਕਿ ਤੁਸੀਂ ਫਿਸੋ ਨੰਬਰ ਤੋਂ ਕਾਲ ਕਰਕੇ ਦੇਖ ਸਕਦੇ ਹੋ, ਅਤੇ ਦੋ ਹੋਣਗੇ ਤਰੀਕੇ ਔਨਲਾਈਨ ਤੁਸੀਂ ਚੈੱਕ ਕਰ ਸਕਦੇ ਹੋ, ਠੀਕ ਹੈ। ਅਤੇ ਇਹਦੇ ਵਿੱਚ ਦੱਸਣ ਤੋਂ ਪਹਿਲੇ ਜਿਹੜੇ ਬੰਦੇ ਨਵੇਂ ਹੈ ਨੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ, ਵਿੱਚ ਚੈਨਲ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸ਼ੇਅਰ ਕਰੋ ਕਿ ਦੂਜੇ ਨੂੰ ਵੀ ਪਤਾ ਲੱਗੇ। ਅਤੇ ਪਹਿਲੇ ਅਸੀਂ ਦੇਖਾਂਗੇ, ਤਰੀਕਾ ਇੱਕ ਹੁੰਦਾ ਹੈ ਜਿਹੜਾ ਕਿ ਫੋਨ ਕਰਕੇ ਤੁਸੀਂ ਜਿਹੜਾ ਫਿਸੋ ਹੋਵੇਗਾ ਘਰ ਵਾਲਾ ਫੋਨ, ਸਿਰਫ ਉਹਦੇ ਤੋਂ ਕਾਲ ਹੋਵੇਗੀ, ਠੀਕ ਹੈ। ਅਤੇ ਉਹਦੇ ਤੋਂ ਕਾਲ ਕਰੋਗੇ, ਕਾਲ ਕਰਕੇ ਉਹ ਤੁਹਾਡਾ ਡਿਟੇਲ ਕੁਝ ਮੰਗਣਗੇ, ਉਹ ਤੁਸੀਂ ਡਿਟੇਲ ਦੇਣੀ ਹੈ, ਅਤੇ ਉਹਦੇ ਤੋਂ ਬਾਅਦ ਤੁਹਾਨੂੰ ਉਹ ਦੱਸਣਗੇ ਤੁਹਾਡੀ ਪੁੰਤੀਆਂ ਹਾਲ ਦੀ ਘੜੀ ਕਿੰਨੀਆਂ ਨੇ ਪਤੰਤ ਦੇ ਵਿੱਚ। ਇਹਦੇ ਤੋਂ ਇਲਾਵਾ ਔਨਲਾਈਨ ਹੁੰਦਾ ਹੈ ਦੋ ਤਰੀਕੇ, ਠੀਕ ਹੈ, ਜਿਹਦੇ ਵਿੱਚ ਕਿਵੇਂ ਲੌਗਇਨ ਕਰਨਾ ਹੈ, ਕਿਵੇਂ ਆਈ ਡੀ ਬਣਾਉਣੀ, ਉਹ ਵੀ ਮੈਂ ਤੁਹਾਨੂੰ ਦੱਸਦਾ, ਜਿਵੇਂ www.portale.automobile। ਔਰ ਇੱਕ ਤੀਸਰਾ ਤਰੀਕਾ ਹੁੰਦਾ, ਉਸ ਬਾਅਦ ਜੀ ਡਾਊਨਲੋਡ ਕਰਾਂਗੇ, ਜਿਹੜਾ ਕਿ ਆਈ ਪਤਨ 'ਤੇ ਆਈਫੋਨ ਵਿੱਚ ਡਾਊਨਲੋਡ ਹੋ ਜਾਏਗਾ, ਔਰ ਸੈਮਸੰਗ ਵਗੈਰਾ ਐਂਡਰੋਇਡ ਵਿੱਚ ਵੀ ਡਾਊਨਲੋਡ ਹੋ ਜਾਏਗਾ ਆਈ ਪਤਨ 'ਤੇ। ਅਤੇ ਅਸੀਂ ਪਹਿਲੇ ਜਾਂਦੇ ਹਾਂ ਫੋਨ ਦੀ ਤਰਫ, ਫੋਨ ਤੋਂ ਤੁਸੀਂ ਮਿਲਾਉਣਾ ਹੈਗਾ 848, ਉੱਥੇ ਨੰਬਰ ਮਿਲਿਆ ਹੋਇਆ, 782 782 848 782 782 ਇੱਕ ਇਹ ਨੰਬਰ ਹੈ, ਤੁਸੀਂ ਇਹਦੇ 'ਤੇ ਕਾਲ ਕਰਕੇ ਆਪਣੇ ਪੁੱਛ ਸਕਦੇ ਹੋ। ਤੁਸੀਂ ਪਹਿਲੇ ਆਪਣਾ ਡੇਟ ਆਫ ਬਰਥ ਦੱਸੋਗੇ ਉਹਨਾਂ ਨੂੰ, ਫਿਰ ਮੁਮਕਿਨ ਹੈ ਉਹ ਤੁਹਾਡੇ ਕੋਲੋਂ ਤੁਹਾਡੇ ਪਤੰਤੇ ਦਾ ਨੰਬਰ ਜਾਂ ਕੁਝ ਵੀ ਕਾਲ ਤੁਹਾਡਾ ਪੁੱਛਣ, ਠੀਕ ਹੈ, ਉਹ ਤੁਸੀਂ ਆਪਣੀ ਇਨਫੋਰਮੇਸ਼ਨ ਉਹਨਾਂ ਨੂੰ ਦੇਣੀ ਹੈ, ਅਤੇ ਫਿਰ ਪਤੰਤੇ ਦਾ ਨੰਬਰ ਪੁੱਛਣਗੇ, ਫਿਰ ਤੁਹਾਨੂੰ ਦੱਸਣਗੇ ਤੁਹਾਡੇ ਪੁੰਤੇ ਪਤੰਤੇ ਵਿੱਚ ਹਾਲ ਦੀ ਘੜੀ ਕਿੰਨੀਆਂ ਪੁੰਤੀਆਂ ਨੇ। ਇਹਦੇ ਤੋਂ ਇਲਾਵਾ ਇੱਕ ਹੋਰ ਨੰਬਰ ਹੈ ਜਿਹੜਾ ਕਿ ਇਹ ਨੰਬਰ ਹੈ 800 23 23 23, 8002323233 ਇਹ ਦੂਸਰਾ ਨੰਬਰ ਹੈ। ਇਹਨਾਂ ਦੋ ਨੰਬਰਾਂ 'ਚ ਕਿਸੇ 'ਤੇ ਵੀ ਤੁਸੀਂ ਕਾਲ ਕਰਕੇ ਤਾਂ ਆਪਣੇ ਪਤੰਤੇ ਦੀਆਂ ਕਿੰਨੀਆਂ ਪੁੰਤੀਆਂ ਹੈਗੀਆਂ ਤੁਹਾਡੀਆਂ, ਇਹਦੇ 'ਤੇ ਵੀ ਉਹ ਪ੍ਰੋਸੈਸ ਹੋਵੇਗਾ, ਤੁਸੀਂ ਪਤੰਤੇ ਆਪਣੇ ਲਈ ਜਿਵੇਂ ਕਿ ਆਪਣਾ ਪਹਿਲਾਂ ਬਰਥ ਐਕਸਪਾਇਰੀ ਡੇਟ ਪਤੰਤੇ ਦੀ ਦਿਓਗੇ, ਬਰਥ ਸਰਟ ਡੇਟ ਆਫ ਬਰਥ ਡੇਟ ਤੁਹਾਡੀ ਪੁੱਛਣਗੇ, ਐਕਸਪਾਇਰੀ ਡੇਟ ਦਿਓਗੇ ਆਪਣੇ ਪਤੰਤੇ ਦੀ, ਅਤੇ ਇਨ ਔਰ ਪਤੰਤੇ ਦਾ ਨੰਬਰ ਵਗੈਰਾ ਜੋ ਪੁੱਛਣਗੇ ਉਹ ਤੁਸੀਂ ਦਿਓਗੇ, ਉਹਦੇ ਨਾਲ ਤੁਹਾਨੂੰ ਦੱਸ ਦੇਣਗੇ। ਇੱਕ ਨੰਬਰ ਹੈ 800 23 23 23, 823 23 23, 800 23 23 23 23, ਦੂਸਰਾ ਨੰਬਰ ਹੈ 848 782 782, ਇਸ ਨੰਬਰ 'ਤੇ ਵੀ ਕਾਲ ਕਰਕੇ ਤੁਸੀਂ ਸੇਮ ਇਹੀ ਚੀਜ਼ਾਂ ਆਪਣੀ ਇਨਫੋਰਮੇਸ਼ਨ ਦੇਣੀ ਹੈ, ਅਤੇ ਤੁਹਾਨੂੰ ਪਤਾ ਨਹੀਂ ਤੁਹਾਡੇ 'ਚ ਕਿੰਨੀਆਂ ਪੁੰਤੀਆਂ ਦੱਸ ਦੇਣਗੇ। ਪਹਿਲੇ ਤੁਸੀਂ ਆਪਣੀ ਬਰਥਡੇ ਦੇਣੀ ਹੈ, ਕਾਲ ਕਰੋਗੇ ਉਹਨਾਂ ਨੂੰ, ਫਿਰ ਤੁਹਾਨੂੰ ਤੁਸੀਂ ਆਪਣਾ ਐਕਸਪਾਇਰ ਡੇਟ ਦੇਣੀ ਪਤੰਤੇ ਦੀ, ਫਿਰ ਤੁਸੀਂ ਆਪਣੇ ਪਤੰਤੇ ਦਾ ਨੰਬਰ ਤੁਹਾਡਾ ਪੁੱਛਣਗੇ ਉਹ ਦੇਣਾ ਵੇ, ਅਤੇ ਉਹ ਫਿਰ ਤੁਹਾਡੀ ਪੁੰਤੀਆਂ ਕਿੰਨੀਆਂ ਦੱਸਣਗੇ। ਦੂਸਰਾ ਤਰੀਕਾ ਹੈ ਤੁਸੀਂ ਗੂਗਲ 'ਤੇ ਜਾ ਕੇ ਲਿਖ ਸਕਦੇ ਹੋ ਇਲ ਪੋਰਟਾਲੇ, ਇਲ ਪੋਰਟਾਲੇ ਦੈਲ ਆਤੋ ਮੋਬੀ
ਲਿਸਤਾ, ਇਲ ਪੋਰਟਾਲ ਦੈਲ ਆਟੋਮੋਬਿਲਿਸਤਾ। ਇੱਧਰ ਤੁਸੀਂ ਸਰਚ ਕਰਨਾ, ਤੁਸੀਂ ਇਕੱਠਿਆਂ ਵੀ ਨਹੀਂ ਲਿਖ ਸਕਦੇ ਹੋ, ਜਿਵੇਂ ਕਿ ਇਲ ਪੋਰਟਾਲੇ ਦੈਲ ਆਟੋ ਮੋਬੀ ਲਿਸਤਾ ਡੋਟ ਇਟ, ਇੱਦਾਂ ਵੀ ਲਿਖ ਸਕਦੇ ਹੋ, ਠੀਕ ਹੈ। ਇਲ ਪੋਰਟਾਲ ਦੈਲ ਆਟੋ ਮੋਬੀ ਲਿਸਤਾ ਡੋਟ ਇਟ, ਇਹਨੂੰ ਤੁਸੀਂ ਸਰਚ ਕਰਨਾ, ਡਾਇਰੈਕਟ ਤੁਸੀਂ ਇੱਥੇ ਆ ਜਾਓਗੇ, ਠੀਕ ਹੈ। ਇਲ ਪੋਰਟਾਲੇ ਦੈਲ ਆਟੋਮੋਬਿਲਿਸਤਾ, ਇੱਦਾਂ ਵੀ ਸਰਚ ਕਰ ਸਕਦੇ ਹੋ। ਪਹਿਲੀ ਉਤਲੀ ਸਰਚ ਕਲਿੱਕ ਕਰਨੀ ਹੈ, ਅਸੀਂ ਉਸੇ ਪੇਜ 'ਤੇ ਜਾਵਾਂਗੇ, ਠੀਕ ਹੈ। ਇਲ ਪੋਰਟਾਲੇ ਦੈਲ ਆਟੋਮੋਬਿਲਿਸਤਾ, ਇਹਦੇ ਤੁਸੀਂ ਪਹਿਲੇ ਸਟੇਜ 'ਤੇ ਜਦ ਹੀ ਇੱਥੇ ਆਉਂਦੇ ਹੋ, ਇਹਨੂੰ ਜ਼ੂਮ ਅਸੀਂ ਕਰ ਲੈਂਦੇ ਹਾਂ ਕਿ ਸਾਨੂੰ ਸਹੀ ਪੜ੍ਹੇ ਹੋ ਜਾਏ। ਅਤੇ ਇਹ ਉੱਤੇ ਅਚੇਤੀ ਅਲ ਪੋਰਟਾਲੇ ਲੌਗਇਨ ਕਰਨਾ, ਅੱਗੇ ਰਜਿਸਟਰੇਸ਼ਨ ਲਈ, ਠੀਕ ਹੈ। ਸਾਰੀ ਗੱਲ, ਅਸੀਂ ਜੇ ਪਹਿਲੀ ਵਾਰੀ ਆਏ ਹਾਂ ਤਾਂ ਅਸੀਂ ਰਜਿਸਟਰੇਸ਼ਨ ਹੀ ਕਰਨੀ ਹੋਵੇਗੀ। ਅਸੀਂ ਰਜਿਸਟਰੇਸ਼ਨ ਨੂੰ ਕਲਿੱਕ ਕਰਾਂਗੇ, ਸਿੰਪਲ ਸਟੈਪ ਨੇ, ਠੀਕ ਹੈ। ਐਲ ਸੀ ਪਹਿਲੇ ਕਲਿੱਕ ਟਾਈਪ ਕੀਤਾ ਹੈ, ਇਲ ਪੋਰਟਾਲੇ ਦੈਲ ਆਟੋਮੋਬਿਲਿਸਤਾ, ਜਿਹੜੀ ਪਹਿਲੀ ਸਰਚ ਆਈ ਉਸਨੂੰ ਕਲਿੱਕ ਕੀਤਾ ਹੈ। ਉਸਨੂੰ ਕਲਿੱਕ ਕਰਕੇ ਜ਼ੂਮ ਕਰਕੇ ਅਸੀਂ ਉੱਤੇ ਚਲੇ ਜਾਂਦੇ ਹਾਂ, ਖੱਬੇ ਹੱਥ ਰਜਿਸਤਰਾਤੀ, ਠੀਕ ਹੈ। ਐਸਾ ਇਲ ਪੋਰਟਾਲੇ ਦੈਲ ਆਟੋਮੋਬਿਲਿਸਤਾ ਸਾਈਡ ਹੈ ਰਜਿਸਤਰਾਤੀ, ਇਹਨੂੰ ਕਲਿੱਕ ਕਰਾਂਗੇ ਅਸੀਂ ਰਜਿਸਟਰ ਹੋਣ ਲਈ। ਰਜਿਸਟਰ ਹੋਣ ਲਈ ਕਲਿੱਕ ਕਰਕੇ ਅਤੇ ਸੱਜੇ ਹੱਥ ਹੁਣ ਅਸੀਂ ਥੱਲੇ ਦੇਖਾਂਗੇ, ਸੱਜੇ ਹੱਥ ਰਜਿਸਟਰਾਸ਼ਨ ਹੈ, ਅਲਰਾ ਗੁਈਦਾ ਰਜਿਸਟਰਾਸ਼ਨ ਹੈ, ਰਜਿਸਟਰਾਸ਼ਨ ਹੈ। ਤੀਸਰੇ ਨੰਬਰ 'ਤੇ ਲਿਖਿਆ ਰਜਿਸਟਰਾਸ਼ਨ ਹੈ ਚਿਤਾਦੀਨੋ, ਰਜਿਸਟਰਾਸ਼ਨ ਹੈ ਚਿਤਾਦੀਨੋ ਨੂੰ ਤੁਸੀਂ ਕਲਿੱਕ ਕਰਨਾ, ਠੀਕ ਹੈ। ਅਲਰਾ ਫਿਰ ਅਸੀਂ ਦੇਖਦੇ ਹਾਂ, ਤੂੰ ਸੱਜੇ ਹੱਥ ਪਹਿਲੇ ਅਸੀਂ ਖੱਬੇ ਹੱਥ ਰਜਿਸਟਰੇਸ਼ਨ ਨੂੰ ਕਲਿੱਕ ਕੀਤਾ, ਇਹ ਪੇਜ ਸਾਡਾ ਖੁੱਲ੍ਹ ਗਿਆ। ਫਿਰ ਅਸੀਂ ਰਜਿਸਟਰੇਸ਼ਨ ਹੈ ਗੁਈਦਾ ਰਜਿਸਟਰੇਸ਼ਨ ਹੈ ਸੱਜੇ ਹੱਥ ਪੜ੍ਹਦੇ ਜਾ ਰਹੇ ਹਾਂ, ਰਜਿਸਟਰੇਸ਼ਨ ਰਜਿਸਟਰੇਸ਼ਨ ਹੈ ਚਿਤਾਦੀਨੋ, ਇਹਨੇ ਕਲਿੱਕ ਕਰਨਾ। ਰਜਿਸਟਰੇਸ਼ਨ ਹੈ ਚਿਤਾਦੀਨੋ ਅਸੀਂ ਕਲਿੱਕ ਕੀਤਾ ਹੈ, ਅਤੇ ਤੁਸੀਂ ਦੇਖੋਗੇ ਇੱਥੇ ਕੰਟੀਨਿਊ ਦਾ ਆਪਸ਼ਨ ਆ ਗਿਆ, ਠੀਕ ਹੈ। ਇਹ ਰਜਿਸਟਰੇਸ਼ਨ ਹੈ ਚਿਤਾਦੀਨ ਨੂੰ ਅਸੀਂ ਕਲਿੱਕ ਕੀਤਾ ਹੋਇਆ, ਇੱਥੇ ਲਾਈਨ ਦੇ ਲੱਗੀ ਹੋਈ ਹੈ, ਠੀਕ ਹੈ। ਅਤੇ ਅੱਤੇ ਜਾਵਾਂਗੇ ਅਸੀਂ, ਇਹ ਨੀਚੇ ਖੱਬੇ ਹੱਥ ਕੰਟੀਨਿਊ ਦਾ ਆਪਸ਼ਨ ਆ ਗਿਆ, ਅਸੀਂ ਇਸ ਨੂੰ ਕਲਿੱਕ ਕਰਾਂਗੇ। ਇਹਦੇ ਸੱਚ ਹੋ ਰਹੀ, ਹਾਂਜੀ ਕੰਟੀਨਿਊ ਕੀਤਾ, ਅਸੀਂ ਅੱਗੇ ਆ ਗਏ ਹਾਂ ਜਿੱਧਰ ਰਜਿਸਟਰੇਸ਼ਨ ਹੈ। ਕਹਿੰਦੇ ਨੇ ਬੋਨੋ ਬੰਨੀ 'ਤੇ ਪਰ ਰਜਿਸਟਰੇਸ਼ਨ ਹੈ ਪੋਰਟਾਲੇ ਦਲਾ ਆਟੋਮੋਬਿਲਿਸ ਦਾ, ਕਹਿੰਦੇ ਵੈਲਕਮ ਹੈ ਤੁਹਾਡਾ ਕਿ ਤੁਹਾਡਾ ਇੱਥੇ ਰਜਿਸਟਰੇਸ਼ਨ ਕਰਨ ਲਈ ਆਉਣ ਲਈ। ਇਹ ਥੱਲੇ ਹੈ ਨੇ ਸਿੰਪਲ ਜਿਹੇ ਸਟੈਪ ਨੇ, ਠੀਕ ਹੈ, ਜਿਹਦੇ ਵਿੱਚ ਤੁਸੀਂ ਆਪਣਾ ਨੋਮੇ ਦੇਣਾ, ਅੱਗੇ ਸਾਹਮਣੇ ਦੂਜੇ ਪੱਲੇ ਇੱਕ ਨਿਯੋਮੇ ਦੇਣਾ, ਠੀਕ ਹੈ। ਥੱਲੇ ਆਪਣੀ ਈਮੇਲ ਭਰਨੀ ਹੈ, ਕੁਝ ਫਿਸਕਾਲ ਭਰਨਾ, ਅੱਗੇ ਦਾਤਾ ਦੀ ਨਾਸ਼ੀਤਾ ਭਰਨੀ ਹੈ, ਮੇਜ਼ੀ ਜਿਵੇਂ ਕਿ ਜੋਰਨੀ ਮੇਜ਼ੀ ਆਨੋ, ਦਿਨ ਮਹੀਨਾ ਅਤੇ ਸਾਲ, ਆਨੋ ਸਾਲ ਨੂੰ ਕਹਿੰਦੇ ਨੇ, ਸੈਸੋ ਮੇਲ ਫੀਮੇਲ। ਫਿਰ ਤੁਸੀਂ ਨਸ਼ਿਓਨ ਦੀ ਨਾਸ਼ੀਤਾ, ਜਿਸ ਮੁਲਕ ਵੀ ਤੁਸੀਂ ਪੈਦਾ ਹੋਏ ਹੋ, ਤੁਸੀਂ ਆਪਣਾ ਮੁਲਕ ਸੈਲੈਕਟ ਕਰ ਸਕਦੇ ਹੋ ਜਿਹੜਾ ਵੀ ਹੈ ਤੁਹਾਡਾ, ਜਿਵੇਂ ਕਿ ਪਾਕਿਸਤਾਨ ਜਾਂ ਇੰਡੀਆ, ਜਿਹੜਾ ਵੀ ਤੁਸੀਂ ਮੁਲਕ ਲਾਈਕ ਕਰਨਾ ਆਪਣਾ, ਸਾਡਾ ਮੈਂ ਪਾਕਿਸਤਾਨ ਕਰਨਾ ਤਾਂ ਪਾਕਿਸਤਾਨ ਨੂੰ ਕਲਿੱਕ ਕਰਾਂਗਾ, ਠੀਕ ਹੈ। ਜਿਵੇਂ ਕਿ ਇੱਥੇ ਆਦਿਲ ਨੋਮੇ
जमाल के नियम में क्लिक करांगे इतने में। ये विच डेट ऑफ बर्थ भरनी है तुम कुछ फिसकाले भरना अपना ठीक है। थले कमूनी दिनाशी था हूँ एक दत् प्लेस ऑफ बर्थ मेरा पाकिस्तान है। पाकिस्तान हूँ पाकिस्तान के शहर में फिर थले सिटी का नाम भेजना भरना इतने जिमें कि मैं ਜਿਵੇਂ ਕਿ ਮੈਂ ਇੱਥੇ ਆਪਸ਼ਨ ਹੁੰਦਾ ਹੈ ਜਿਵੇਂ ਗੁਜਰਾਤ ਹੈ ਮੇਰਾ ਕਮੂਨ ਦਿਨਾਸ਼ੀ ਤਾ ਮੈਂ ਉਹਨੂੰ ਕਲਿੱਕ ਕਰਾਂਗਾ ਫਿਰ ਅੱਗੇ ਦੂਸਰੀ ਸਾਈਡ 'ਤੇ ਵੇ ਪ੍ਰਵਿੰਚਾ ਦਿਨਾਸ਼ੀ ਤਾ ਕਮੂਨ ਦਿਨਾਸ਼ੀ ਤਾ ਨੰਬਰ ਦਿਲ ਪਤੰਤੇ ਪਤੰਤੇ ਦਾ ਨੰਬਰ ਲਿਖਣਾ ਤੁਸੀਂ ਠੀਕ ਹੈ ਕਰ ਦੇਣ ਦਾ ਪਤੰਤੇ ਜਦੋਂ ਐਕਸਪਾਇਰਡ ਹੋਣਾ ਤੁਹਾਡਾ ਪਤੰਤੇ ਠੀਕ ਹੈ ਜਿਵੇਂ ਕਿ ਮੇਰਾ ਪਤੰਤੇ ਐਕਸਪਾਇਰ ਹੋਣਾ ਹੈ ਅਠਾਰਾਂ ਜੂਨੀਓ ਦੋ ਮਿਲਾ 2026 ਵੀ ਠੀਕ ਹੈ ਇੱਥੇ ਉਹਨੂੰ ਕਲਿੱਕ ਕਰਨਾ ਹੈ ਇਹ ਜਿਹੜਾ ਇੱਕ ਨੰਬਰ ਦਿੱਤਾ ਹੈ 3058 ਨੰਬਰ ਨਜ਼ਰ ਆ ਰਿਹਾ ਸਾਨੂੰ ਵਾਜ਼ਿਹ ਹੀ ਹੁੰਦਾ ਹੈ ਇੰਨਾ ਮੁਸ਼ਕਿਲ ਨਹੀਂ ਹੁੰਦਾ 3058 ਨੰਬਰ ਦਿੱਤੇ ਨੇ ਇਹ ਨੰਬਰ ਨਾਲ ਹੀ ਅਸੀਂ ਇੱਥੇ ਭਰ ਦੇਣਾ 3058 ਇਹ ਨੰਬਰ ਭਰ ਕੇ ਸਿੰਪਲ ਸਟੈਪ ਨੇ ਈਜ਼ੀ ਨੇ ਠੀਕ ਹੈ 3058 ਭਰ ਕੇ ਤੁਸੀਂ ਇਹਨੂੰ ਨੰਬਰ ਦੇ ਥੱਲੇ ਕੰਟੀਨਿਊ ਲਿਖੇ ਕੰਟੀਨਿਊ ਕਰ ਦੇਣਾ ਇਹਦੇ ਨਾਲ ਅੱਗੇ ਈਜ਼ੀ ਨੇ ਸਿੰਪਲ ਸਟੈਪ ਨੇ ਠੀਕ ਹੈ ਤੁਹਾਨੂੰ ਅੱਗੇ ਅਗਲੇ ਪੇਜ 'ਤੇ ਜਾ ਕੇ ਤੁਹਾਨੂੰ ਪਾਸਵਰਡ ਵਗੈਰਾ ਪੁੱਛਣਗੇ ਪਾਸਵਰਡ ਤੁਹਾਡਾ ਇੱਕ ਵਾਰੀ ਪੁੱਛਣਗੇ ਪਾਸਵਰਡ ਦੂਜੀ ਵਾਰ ਰਿਪੀਟ ਕਰਾਉਣਗੇ ਪਾਸਵਰਡ ਤੁਸੀਂ ਉਹ ਪਾਸਵਰਡ ਭਰ ਦੇਣਾ ਅਤੇ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਣੀ ਹੈ ਜਿਹੜੇ ਤੁਹਾਨੂੰ ਆਈ ਡੀ ਦੇਣੀ ਹੈ ਜਿਹੜੀ ਤੁਹਾਨੂੰ ਪਾਸਵਰਡ ਦੇਣਾ ਹੈ ਨਾ ਉਹ ਤੁਸੀਂ ਆਪਣਾ ਲਿਖ ਲੈਣਾ ਠੀਕ ਹੈ ਕਿ ਜੇ ਬੰਦਾ ਭੁੱਲ ਭੁੱਲ ਵਗੈਰਾ ਨਾ ਜਾਏ ਅਤੇ ਫਿਰ ਇੱਕ ਵਾਰ ਦੇਖ ਲੈਣਾ ਉੱਥੇ ਅਸੀਂ ਉੱਤੇ ਨੌਵੇਂ ਕਨਿਓਵੇਂ ਭਰਨਾ ਫਿਰ ਅੱਗੇ ਈਮੇਲ ਭਰਨੀ ਹੈ ਉਹਦੇ ਥੱਲੇ ਫਿਰ ਅੱਗੇ ਕੁਝ ਫਿਸਕਾਲੇ ਭਰਨਾ ਦਾਤਾ ਦਿਨਾਸ਼ੀ ਤਾ ਅਤੇ ਡੇਟ ਆਫ ਬਰਥ ਤੁਹਾਡਾ ਮੇਲ ਫੀਮੇਲ ਭਰਨਾ ਅੱਗੇ ਭਰਨਾ ਵੇ ਤੁਹਾਡੀ ਪਲੇਸ ਆਫ ਬਰਥ ਠੀਕ ਹੈ ਕਮੂਨ ਹੈ ਪ੍ਰਵਿੰਚਾ ਸਾਰਾ ਕੁਝ ਭਰਨਾ ਠੀਕ ਹੈ ਅੱਗੇ ਨੰਬਰ ਪਤੰਤੇ ਦਾ ਭਰਨਾ ਫਿਰ ਥੱਲੇ ਸਕਾਦੇਨਜ਼ਾ ਭਰਨਾ ਪਤੰਤੇ ਦਾ ਐਕਸਪਾਇਰੀ ਡੇਟ ਕਿ ਜਦ ਐਕਸਪਾਇਰ ਹੋਣਾ ਪਤੰਤੇ ਨੇ ਫਿਰ ਥੱਲੇ ਜਿਹੜਾ ਇੱਕ ਕੋਡ ਦਿੱਤਿਆ ਹੋਇਆ ਨੇ ਜਿਵੇਂ 3 ਮੈਨੂੰ ਦਿੱਤਾ ਸੀ ਨੇ ਇਹਨੂੰ ਭਰਨਾ ਇਹਨੂੰ ਭਰ ਕੇ ਇਹ ਥੱਲੇ ਇਹਦੇ ਨਾਲ ਹੀ ਕੰਟੀਨਿਊ ਦਾ ਆਪਸ਼ਨ ਆ ਜਾਣਾ ਕੰਟੀਨਿਊ ਅੱਗੇ ਚਲੇ ਜਾਣਾ ਜਦ ਅੱਗੇ ਜਾਓਗੇ ਅਤੇ ਉੱਥੇ ਤੁਹਾਡੇ ਕੋਲੋਂ ਤੁਹਾਡੀ ਵੈਰੀਫਾਈ ਹੋਵੇਗੀ ਈਮੇਲ ਈਮੇਲ ਤਾਂ ਤੁਸੀਂ ਜਾਓਗੇ ਵੈਰੀਫਾਈ ਕਰੋਗੇ ਵਾਪਸ ਤੁਹਾਨੂੰ ਇਸੇ ਪੇਜ 'ਤੇ ਲੈ ਕੇ ਆਉਣਗੇ ਈਮੇਲ ਤੋਂ ਕਲਿੱਕ ਕਰਨਾ ਈਮੇਲ ਤੱਕ ਆਪਸ਼ਨ ਦੇਣਗੇ ਕਿੱਥੇ ਤੁਸੀਂ ਕਲਿੱਕ ਕਰਨਾ ਠੀਕ ਹੈ ਉਹਨੂੰ ਤੁਸੀਂ ਆਪਸ਼ਨ ਨੂੰ ਕਲਿੱਕ ਕਰੋਗੇ ਜਿਹੜਾ ਕਿ ਲਿੰਕ ਦਿੱਤੇ ਹੋਵੇਗਾ ਨਾ ਉਹ ਤੁਹਾਨੂੰ ਸਿੱਧਾ ਇਸ ਪੇਜ ਇਹਦੇ ਤੋਂ ਅਗਲੇ ਪੇਜ 'ਤੇ ਲੈ ਆਏਗਾ ਜਿੱਥੇ ਤੁਸੀਂ ਆਪਣਾ ਪਾਸਵਰਡ ਨਵਾਂ ਭਰੋਗੇ ਜਿਹੜਾ ਤੁਹਾਨੂੰ ਈਜ਼ੀਲੀ ਯਾਦ ਰਹਿੰਦਾ ਠੀਕ ਹੈ ਇਹ ਤੁਹਾਡਾ ਔਨਲਾਈਨ ਅਕਾਊਂਟ ਬਣ ਜਾਏਗਾ ਅਤੇ ਦੋ ਹੋ ਗਏ ਤੀਸਰਾ ਰਹਿ ਗਿਆ ਪਲੇ ਸਟੋਰ 'ਤੇ ਆਈ ਪਤੰਤੇ ਆਈ ਪਤੰਤੇ ਨੂੰ ਕਲਿੱਕ ਕਰਕੇ ਇੰਸਟਾਲ ਕਰ ਲੈਣਾ ਆਈ ਪਤੰਤੇ ਇੰਨੀ ਜ਼ਿਆਦਾ ਵਧੀਆ ਐਪ ਨਹੀਂ ਹੈ ਵੀ ਜੇ ਤੁਸੀਂ ਇੰਸਟਾਲ ਕਰ ਲਓ ਤਾਂ ਇਹੀ ਸਭ ਤੋਂ ਵਧੀਆ ਵੇ ਠੀਕ ਹੈ ਇਹਦੇ ਇਹੀ ਰਜਿਸਟ੍ਰੇਸ਼ਨ ਇੱਕੋ ਹੀ ਹੋਵੇ ਕਿਦੋਂ ਦੀ ਅਤੇ ਰਜਿਸਟ੍ਰੇਸ਼ਨ ਕਰਕੇ ਇਸ ਐਪ ਨੂੰ ਤੁਸੀਂ ਨਾਲ ਰੱਖ ਲਓ ਆਪਣੇ ਕਿ ਇਹ ਤੁਹਾਡੀ ਇਨਕੇਸ ਜੇ ਗੱਡੀ ਹੈ ਜਾਂ ਗੱਡੀਆਂ ਕਿੰਨੀਆਂ ਨੇ ਤੁਹਾਡੀਆਂ ਸਾਰੀਆਂ ਗੱਡੀਆਂ ਦੀ ਰਿਵੀਜ਼ਨ ਜਦੋਂ ਖਤਮ ਹੋਣੀ ਹੈ ਉਹ ਤੁਹਾਨੂੰ ਆਪ ਜ਼ਾਰੇ ਕਰਨਗੇ ਤੁਹਾਨੂੰ ਇਨਫੋਰਮ ਕਰਨਗੇ ਐਕਸੈਸ ਕਰੋ ਅੱਛੇ ਦੀ ਕਰੋ ਠੀਕ ਹੈ ਚਲ ਇਹ ਹੈਗਾ ਵੇ ਪਤੰਤੇ ਵੀ ਕੋਹਲੀ ਪ੍ਰਾਪਤੀ ਕੇ ਇਹ ਚੀਜ਼ਾਂ ਠੀਕ ਹੈ ਇਹ ਤੁਸੀਂ ਐਕਸੈਸ ਕਰਨਾ ਇਹਦੇ 'ਤੇ ਜੇ ਤੁਸੀਂ ਰਜਿਸਟ੍ਰੇਸ਼ਨ ਜੇ ਤੁਸੀਂ ਤੁਹਾਡੀ ਰਜਿਸਟ੍ਰੇਸ਼ਨ ਹੋਈ ਹੈ ਤਾਂ ਠੀਕ ਹੈ ਜਿੰਨੀ ਰਜਿਸਟ੍ਰੇਸ਼ਨ ਹੋਈ
ਨੋਨ ਹਾਈ ਉਹਨਾਂ ਅਕਾਊਂਟ ਤੋਂ ਜੇ ਅਕਾਊਂਟ ਨਹੀਂ ਹੈ ਵੀ ਸਭ ਤੋਂ ਥੱਲੇ ਲਿਖੇ ਰਜਿਸਟਰਾ ਤੇ ਰਜਿਸਟ੍ਰੇਸ਼ਨ ਕਰੋ ਇੱਥੇ, ਠੀਕ ਹੈ। ਜਿਵੇਂ ਕਿ ਮੇਰੇ ਰਜਿਸਟ੍ਰੇਸ਼ਨ ਹੋਈ ਹੈ, ਠੀਕ ਹੈ, ਅਤੇ ਮੈਂ ਆਪਣਾ ਲੌਗਇਨ ਕਰਾਂਗਾ ਇਹਦੇ ਵਿੱਚ, ਠੀਕ ਹੈ। ਅਤੇ ਜਿਵੇਂ ਕਿ ਮੇਰੀ ਰਜਿਸਟ੍ਰੇਸ਼ਨ ਮੈਂ ਤੁਹਾਨੂੰ ਦੱਸਿਆ ਪਹਿਲੇ ਹੋਈ ਹੈ, ਅਤੇ ਇਹਦੇ ਵਿੱਚ ਲੌਗਇਨ ਕਰਨ ਦਾ ਫਾਇਦਾ ਇਹ ਵੀ ਇਹ ਤੁਹਾਨੂੰ ਦੱਸਿਆ ਪਹਿਲੇ ਵੀ ਮੈਂ, ਕਿ ਜਿਵੇਂ ਕਿ ਮੇਰੀ ਗੱਡੀ ਦਾ ਨੰਬਰ ਪਲੇਟ ਵਗੈਰਾ ਆ ਗਈ ਹੈ, ਨੰਬਰ ਰਿਵੀਜ਼ਨ ਹੈ ਕਦ ਹੋਣੀ ਹੈ, ਐਕਸਪਾਇਰ 31 ਦਸੰਬਰ, ਪਹਿਲੇ ਅਸੀਂ ਉੱਥੇ ਪੜ੍ਹਦੇ ਹਾਂ। ਇਹ 24 ਪੁੰਤੀ ਹੋ ਗਈ ਮੇਰੀ, ਠੀਕ ਹੈ, 24 ਪੁੰਤੀਆਂ ਨੇ, ਵਹੀਕਲ ਹੀ ਇੱਕ ਮੇਰੀ ਵਹੀਕਲ ਹੈ, ਠੀਕ ਹੈ। ਅਤੇ ਥੱਲੇ ਤੀਸਰੀ ਇੰਪੋਰਟੈਂਟ ਚੀਜ਼ ਹੈ ਕਿ ਜਿਹੜੀ ਨੰਬਰ ਪਲੇਟ ਹੈ ਮੇਰੀ ਗੱਡੀ ਦਾ, ਔਰ ਦੱਸਦੇ ਨੇ ਵੀ ਕਿ ਇਹ ਰਿਵੀਜ਼ਨ ਨੇ ਹੋਣੀ ਮੇਰੀ ਗੱਡੀ ਦੀ ਐਕਸਪਾਇਰ 31 ਦਸੰਬਰ ਨੂੰ, ਠੀਕ ਹੈ। ਅਤੇ ਇਹਦੇ ਵਿੱਚ ਫਾਇਦਾ ਹੋ ਜਾਂਦਾ ਕਿ ਤੁਹਾਨੂੰ SMS ਕਰ ਦੇਣਗੇ ਜਦੋਂ ਤੁਹਾਡਾ ਪਤਾ ਨਹੀਂ ਐਕਸਪਾਇਰ ਡੇਟ ਹੋਣਾ ਹੈ, SMS ਕਰ ਦੇਣਗੇ, ਰਿਵੀਜ਼ਨ ਹੈ ਗੱਡੀ ਦੀ ਐਕਸਪਾਇਰ ਹੋਣੀ ਹੈ, SMS ਕਰ ਦੇਣਗੇ। ਜੇ ਪੁੰਤੀਆਂ ਵਗੈਰਾ ਕੱਟਣੀਆਂ ਹੁੰਦੀਆਂ ਨੇ ਜਾਂ ਇੱਦਾਂ ਦੀ ਵੀ ਚੀਜ਼ ਹੁੰਦੀ ਹੈ ਜਾਂ ਵੱਧੀਆਂ ਕੱਟਣੀਆਂ ਨੇ, ਤਾਂ ਉਹ ਵੀ ਤੁਹਾਨੂੰ SMS ਕਰ ਦੇਣਗੇ। 3 ਕਿਸਮ ਦੇ SMS ਆਉਣਗੇ ਤੁਹਾਨੂੰ, ਰਿਵੀਜ਼ਨ ਐਕਸਪਾਇਰ ਹੋਣ ਦੇ, ਇੱਕ ਹੈ ਤੁਹਾਡੀ ਦੋ ਗੱਡੀਆਂ ਜਿੰਨੀਆਂ ਵੀ ਤੁਹਾਡੇ ਨਾਂ 'ਤੇ ਆਏ ਨੇ, ਅਤੇ ਇਹ ਗੱਡੀ ਨੂੰ ਨਾਲ ਅਟੈਚ ਨਹੀਂ ਕਰਨਾ, ਆਟੋਮੈਟਿਕਲੀ ਆ ਜਾਏਗਾ ਜਦ ਤੁਸੀਂ ਲੌਗਇਨ ਕਰੋਗੇ। ਤਾਂ ਪੁੰਤੀਆਂ ਪਤੰਤੇ ਦੀਆਂ, ਹੁਣ ਪੁੰਤੀਆਂ ਜਿਹੜੀਆਂ ਹੁੰਦੀਆਂ ਨੇ ਪਤੰਤੇ ਦੀਆਂ, ਜਿਹੜਾ ਨਵਾਂ ਪਤੰਤੇ ਵਾਲਾ ਹੁੰਦਾ ਹੈ, ਉਹਦੀਆਂ ਹਰ ਸਾਲ ਦੀ ਇੱਕ ਪੁੰਤੀ ਆਉਂਦੀ ਹੈ, ਪਤਾ ਹੋਣਾ ਤੁਹਾਨੂੰ ਸਭਾਂ ਨੂੰ। ਅਤੇ ਪਲੱਸ ਜਿਹੜਾ ਕਿ ਉਹਨੂੰ ਪਲੱਸ ਜਿਹੜਾ ਉਹਨੂੰ 2 ਸਾਲ ਜੇ ਐਕਸੀਡੈਂਟ ਨਾ ਕਰੇ ਤਾਂ ਪਹਿਲੇ 2 ਸਾਲ ਬਾਅਦ 2 ਪੁੰਤੀਆਂ ਵੀ ਆਉਂਦੀਆਂ ਨੇ, ਕਿਉਂਕਿ ਮੇਰੇ ਪਤੰਤੇ ਨੂੰ ਤਕਰੀਬਨ 2 ਸਾਲ ਹੋ ਗਏ ਨੇ, ਅਤੇ 2 ਸਾਲਾਂ ਵਿੱਚ ਮੈਨੂੰ 2 ਪੁੰਤੀਆਂ ਹਰ ਸਾਲ ਵਾਲੀਆਂ ਆਈਆਂ ਨੇ। 1 ਸਾਲ ਦੀ 1 ਪੁੰਤੀ ਆਈ ਹੈ, ਯਾਨੀ ਕਿ 2 ਸਾਲ ਦੀ 2 ਪੁੰਤੀਆਂ, ਮੇਰੀ 20 ਪੁੰਤੀਆਂ ਸਟਾਰਟਿੰਗ ਵਿੱਚ, ਪਲੱਸ 2 ਪੁੰਤੀਆਂ ਜਦ ਮੇਰੇ 2 ਸਾਲ ਮੁਕੰਮਲ ਹੋਏ ਨੇ, ਠੀਕ ਹੈ। ਕਿਉਂਕਿ ਬੰਦਿਆਂ ਨੂੰ ਹੁੰਦਾ ਕਿ ਪਹਿਲੇ 3 ਸਾਲਾਂ ਜਿਹੜੀਆਂ 3 ਪੁੰਤੀਆਂ ਆਉਂਦੀਆਂ ਨਾ, ਸਿਰਫ ਉਹ ਹੀ ਹੁੰਦੀਆਂ ਨੇ, ਯਾਨੀ ਗਲਤ ਫਹਿਮੀ, ਕਿਉਂਕਿ ਪਹਿਲੇ 3 ਸਾਲ ਵਿੱਚ ਜਿਹੜੀਆਂ 3 ਆਉਣਗੀਆਂ ਸਿਰਫ ਉਹ ਨਹੀਂ ਹੋਣਗੀਆਂ ਪੁੰਤੀਆਂ, ਪੁੰਤੀਆਂ ਹੋਣਗੀਆਂ। ਇੱਕ ਜਿਵੇਂ ਹੁਣ ਮੇਰੀ ਆਈ ਹੈ ਹਰ ਸਾਲ ਦੀ, 1 ਸਾਲ ਦੀ 1 ਆਈ ਹੈ, ਦੋਸਤ ਉਹ ਆਉਣਗੀਆਂ, ਪਲੱਸ 2 ਪੁੰਤੀਆਂ 2 ਸਾਲ ਬਾਅਦ ਵਾਲੀਆਂ। ਦੋਸਤ ਭਾਵੇਂ ਤੁਸੀਂ ਨਵੇਂ ਪਤੰਤੇ ਵਾਲੇ ਹੋ, ਭਾਵੇਂ ਤੁਸੀਂ ਪੁਰਾਣੇ ਪਤੰਤੇ ਵਾਲੇ ਹੋ, ਤੁਹਾਡੀਆਂ 2 ਸਾਲ ਬਾਅਦ 2 ਪੁੰਤੀਆਂ ਆਉਂਦੀਆਂ ਨੇ, ਠੀਕ ਹੈ। ਜੇ ਕੋਈ ਤੁਸੀਂ ਵਿਓਲੇਸ਼ਨ ਨਹੀਂ ਕਰਦੇ, ਉਲੰਘਣ ਨਹੀਂ ਕਰਦੇ ਹੈ ਵੀ ਜਿਹਦੇ ਤੁਹਾਡੀ ਪੁੰਤੀਆਂ ਕੱਢਦੀਆਂ ਹੋਣ, ਯਾਨੀ ਕਿ ਪਹਿਲੀਆਂ ਮੇਰੀਆਂ ਪੁੰਤੀਆਂ ਸੀਗੀਆਂ ਸਟਾਰਟਿੰਗ ਵਿੱਚ 15 9 2016 ਵਿੱਚ ਮੇਰੀ 1 ਪੁੰਤੀ ਆਈ, ਪਹਿਲਾ ਸਾਲ ਮੁਕੰਮਲ ਹੋਇਆ। 15 9 2017 ਵਿੱਚ ਮੇਰੀ 1 ਪੁੰਤੀ ਹੋਰ ਆਈ, ਜਿਹੜੀ ਕਿ ਸਾਲ ਦੇ ਨਵੇਂ ਪਤੰਤੇ ਲਈ ਸਾਲ ਦੇ ਸਾਲ 1 ਪੁੰਤੀ ਦਿੰਦੇ, ਉਹਦੇ ਉਹ ਪਤੰਤੇ ਪੁੰਤੀਆਂ ਮੈਨੂੰ ਹੋਈਆਂ। ਫਿਰ 2 ਸਾਲ ਬਾਅਦ ਮੈਨੂੰ 2 ਪੁੰਤੀਆਂ ਆਈਆਂ, ਜਿਹੜੀ 2 ਸਾਲ ਮੁਕੰਮਲ ਹੋਣ ਦੀਆਂ ਪੁੰਤੀਆਂ ਆਉਂਦੀਆਂ ਨੇ, ਨਵੇਂ ਪਤੰਤੇ ਵਾਲਾ ਜਾਂ ਪੁਰਾਣੇ ਵਾਲਾ, ਠੀਕ ਹੈ। ਉਹ ਇਹਦੇ ਕਰਕੇ ਮੇਰੀ 4 ਪੁੰਤੀਆਂ ਹੋ ਗਈਆਂ, 24 ਪੁੰਤੀਆਂ ਹੋ ਗਈਆਂ ਟੋਟਲ। ਅਤੇ ਇਹਦੇ ਤੋਂ ਇਲਾਵਾ ਜਿਹੜੀਆਂ ਪੁੰਤੀਆਂ ਤੁਸੀਂ ਰਿਕਵਰ ਕਰ ਸਕਦੇ ਹੋ, ਇਹ ਤਾਂ ਪੁੰਤੀਆਂ ਆਉਂਦੀਆਂ ਨੇ ਸਾਲ ਦੇ ਸਾਲ, ਸਾਲ ਦੇ ਸਾਲ ਪਹਿਲੇ 3 ਸਾਲ ਤੁਹਾਨੂੰ ਜੇ ਨਵਾਂ ਪਤੰਤੇ ਦੇ 1 1 ਪੁੰਤੀ ਆਏਗੀ, ਔਰ 2 ਪੁੰਤੀਆਂ ਆਉਣਗੀਆਂ ਤੁਹਾਨੂੰ ਹਰ 2 ਸਾਲ ਬਾਅਦ। ਜਿਹੜੀ ਪਹਿਲੇ ਨਵੇਂ ਪਤੰਤੇ 3 ਸਾਲ ਪਹਿਲੇ ਆਪਣੀਆਂ ਆਉਣੀਆਂ, ਜਿਹੜੀਆਂ 3 ਪੁੰਤੀਆਂ ਉਹ ਵੱਖਰੀਆਂ ਆਉਣਗੀਆਂ, 2 ਸਾਲ ਬਾਅਦ ਪੁੰਤੀਆਂ ਜਿਹੜੀਆਂ ਆਉਣੀਆਂ ਨੇ ਉਹ ਵੱਖਰੀਆਂ ਆਉਣਗੀਆਂ, ਠੀਕ ਹੈ। ਜਿਵੇਂ ਕਿ ਮੈਨੂੰ 2 ਸਾਲ ਬਾਅਦ 4 ਪੁੰਤੀਆਂ ਹੋ ਗਈਆਂ ਮੇਰੀਆਂ। ਅਤੇ ਇਹਦੇ ਤੋਂ ਇਲਾਵਾ ਜਿਹੜੀਆਂ ਤੁਸੀਂ ਪੁੰਤੀਆਂ ਰਿਕਵਰ ਕਰ ਸਕਦੇ ਹੋ, ਛੇ ਪੁੰਤੀਆਂ ਇੱਕ ਸਪੈਸ਼ਲ ਕੋਰਸ ਹੁੰਦਾ ਹੈ ਜਿਹਦੇ ਵਿੱਚ ਤੁਸੀਂ 6 ਪੁੰਤੀਆਂ ਰਿਕਵਰ ਕਰ ਸਕਦੇ ਹੋ ਪਤੰਤੇ ਬੀ ਦੀਆਂ, ਪਤੰਤੇ ਏ ਜਾਂ ਬੀ ਦੀਆਂ 6 ਪੁੰਤੀਆਂ ਰਿਕਵਰ ਹੋ ਸਕਦੀਆਂ, ਠੀਕ ਹੈ। ਪਤੰਤੇ ਏ ਜਾਂ ਬੀ ਦੀਆਂ ਕਿੰਨੀਆਂ ਪੁੰਤੀਆਂ ਰਿਕਵਰ ਹੋ ਸਕਦੀਆਂ ਨੇ, 6 ਪੁੰਤੀਆਂ। ਜਿਹੜਾ ਪਤੰਤੇ ਸੁਪਰੀਅਰ ਹੈ, ਪਤੰਤੇ ਸੀ ਹੈ, ਸੀ ਦੀਆਂ 9 ਪੁੰਤੀਆਂ ਰਿਕਵਰ ਹੋ ਸਕਦੀਆਂ ਨੇ, ਸੀ ਜਾਂ ਸੀ ਈ ਦੀਆਂ ਪੁੰਤੀਆਂ ਜਿਹੜੀਆਂ ਨੇ ਸਪੈਸ਼ਲ ਕੋਰਸ ਕਰਕੇ 9 ਪੁੰਤੀਆਂ ਰਿਕਵਰ ਹੋ ਸਕਦੀਆਂ ਨੇ।
ਪਤੰਤੇ 20 ਦੀਆਂ ਕਿੰਨੀਆਂ ਪੁੰਤੀਆਂ ਰਿਕਵਰ ਸਿੱਧੀਆਂ ਨੇ? 6। ਇੱਕ ਸਪੈਸ਼ਲ ਕੋਰਸ ਤੁਹਾਨੂੰ ਕਰਨਾ ਪੈਣਾ ਜਿਹੜਾ ਕਿ ਤੁਸੀਂ ਕਿਸੇ ਸਕੂਲ ਤੋਂ ਜਾਂ ਜਿਹੜੇ ਆਥੋਰਾਈਜ਼ ਨੇ ਜਿਵੇਂ ਕਿ ਆਰਚੀ ਵਗੈਰਾ ਹੋ ਜਾਂਦੀ ਜਾਂ ਕੋਈ ਇੱਦਾਂ ਦੀ ਹੁੰਦੇ ਨੇ ਜਿੱਥੇ ਗੱਡੀਆਂ ਦੀ ਇੰਸ਼ੋਰੈਂਸ ਵਗੈਰਾ ਹੁੰਦੀ ਆ, ਉੱਦਾਂ ਥਾਵਾਂ 'ਤੇ ਹੁੰਦੇ ਨੇ ਜਿਹੜੇ ਆਥੋਰਾਈਜ਼ਡ ਹੁੰਦੇ ਨੇ, ਉੱਥੇ ਤੁਸੀਂ ਇੱਕ ਸਪੈਸ਼ਲ ਕੋਰਸ ਹੁੰਦਾ ਉਹ ਅਪਲਾਈ ਕਰਕੇ ਪਤੰਤੇ ਸੀ ਦੀਆਂ 9 ਪੁੰਤੀਆਂ ਔਰ ਪਤੰਤੇ ਏ ਜਾਂ ਬੀ ਦੀਆਂ 6 ਪੁੰਤੀਆਂ ਰਿਕਵਰ ਕਰ ਸਕਦੇ ਹੋ ਇਨ ਕੇਸ ਜੇ ਤੁਹਾਡੀ ਪੁੰਤੀਆਂ ਘੱਟ ਜਾਂਦੀਆਂ ਨੇ। ਠੀਕ ਹੈ, ਇਨ ਕੇਸ ਰਿਵੀਜ਼ਨ ਵਿੱਚ ਜਾਣ ਤੋਂ ਪਹਿਲੇ ਤੁਸੀਂ ਆਪਣੀ ਪੁੰਤੀਆਂ ਰਿਕਵਰ ਕਰ ਸਕਦੇ ਹੋ। 6 ਪੁੰਤੀਆਂ ਪਤੰਤੇ ਏ ਜਾਂ ਬੀ ਦੀਆਂ, 9 ਪੁੰਤੀਆਂ ਪਤੰਤੇ ਸੀ ਦੀਆਂ। ਅਤੇ ਇਹ ਹੈਗੀ ਸੀ 3 ਸਿੰਪਲ ਵੇ ਜਾਣ ਲਈ ਕਿ ਤੁਹਾਡੇ ਪੁੰਤੀਆਂ ਕਿੰਨੀਆਂ ਹੈਗੀਆਂ ਨੇ ਪਤੰਤੇ ਵਿੱਚ। ਠੀਕ ਹੈ, ਉਮੀਦ ਕਰਨਾ ਹੈਲਪਫੁਲ ਹੋਵੇਗੀ ਵੀਡੀਓ, ਅਤੇ ਸਬਸਕ੍ਰਾਈਬ ਕਰੋ ਚੈਨਲ ਨੂੰ ਔਰ ਸ਼ੇਅਰ ਕਰਨਾ ਗਿਆ ਵੀਡੀਓ ਨੂੰ, ਅਤੇ ਜਿਹੜੀ ਕੋਈ ਚੀਜ਼ ਸਮਝ ਨਹੀਂ ਆਉਂਦੀ ਇਨ ਕੇਸ ਤੁਸੀਂ ਦੁਬਾਰਾ ਮੇਰੇ ਕੋਲ ਪੁੱਛ ਸਕਦੇ ਹੋ। ਠੀਕ ਹੈ, ਕਮੈਂਟ ਕਰ ਸਕਦੇ ਹੋ, ਕਾਲ ਕਰ ਸਕਦੇ ਹੋ, ਮੈਨੂੰ ਪੁੱਛ ਸਕਦੇ ਹੋ।